केपीडी न्यूज, हक सच और इंसाफ की आवाज। ਜਲੰਧਰ ਦੇ ਐਸਡੀ ਕਾਲਜ ਰੋਡ ਸਥਿਤ ਇੱਕ ਗਾਰਮੈਂਟ ਸ਼ਾਪ ਤੇ ਚੋਰਾਂ ਵੱਲੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਸਡੀ ਕਾਲਜ ਰੋਡ ਸਥਿਤ ਸਟਾਰ ਕਲੈਕਸ਼ਨ ਦੇ ਮਾਲਕ ਬੰਟੀ ਅਰੋੜਾ ਪੁੱਤਰ ਰਮੇਸ਼ ਅਰੋੜਾ ਨਿਵਾਸੀ ਮੁਹੱਲਾ ਗੋਵਿੰਦਗੜ੍ਹ ਨੇ ਦੱਸਿਆ ਕਿ ਉਹਨਾਂ ਦੀ ਐਸਡੀ ਕਾਲਜ ਰੋਡ ਤੇ ਸਟਾਰ ਕਲੈਕਸ਼ਨ ਨਾਮਕ ਕੱਪੜਿਆਂ ਦੀ ਦੁਕਾਨ ਹੈ। ਸਵੇਰੇ ਉਹ ਕੁਝ ਦੇਰ ਲਈ ਆਪਣੇ ਨਾਲ ਵਾਲੀ ਦੁਕਾਨ ਤੇ ਗਏ ਤਾਂ ਪਿੱਛੋਂ ਇੱਕ ਵਿਅਕਤੀ ਆਇਆ ਅਤੇ ਉਹਨਾਂ ਦੀ ਦੁਕਾਨ ਤੇ ਗੱਲੇ ਵਿੱਚ ਪਏ 70,000 ਰੁਪਏ ਚੋਰੀ ਕਰਕੇ ਲੈ ਗਿਆ। ਇਸ ਸੰਬੰਧੀ ਥਾਣਾ ਬਾਰਾਦਰੀ ਵਿਖੇ ਸ਼ਿਕਾਇਤ ਦਿੱਤੀ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਮਰੀਕ ਸਿੰਘ ਨੇ ਦੁਕਾਨ ਮਾਲਕ ਦੇ ਬਿਆਨਾਂ ਤੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਦੁਕਾਨ ਵਿੱਚ ਲੱਗੇ CCTV ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜਲੰਧਰ ਤੋਂ ਰਵੀ ਗਿੱਲ ਅਤੇ ਸੋਮਾ ਹੰਸ ਦੀ ਰਿਪੋਰਟ। ਕੀ ਨਾਮ ਆ ਜੀ ਤੁਹਾਡਾ? ਬੰਟੀ ਨਾਮ ਹੈ ਜੀ। ਸਰ ਕੀ ਹੋਇਆ ਸੀਗਾ ਜੀ? ਸਾਰੇ ਮੰਦਰ ਗਏ ਆ, ਮੱਥਾ ਟੇਕੇ ਤੇ ਮਗਰੋਂ ਦਰਵਾਜ਼ਾ ਖੁੱਲ੍ਹਾ ਸੀ, ਆਇਆ ਚੋਰ, ਆਇਆ ਰਸਗੁੱਲਾ ਤੋਰਿਆ, ਚਾਬੀ ਮੋਲ ਲੈ ਕੇ ਤੋੜ ਕੇ ਪੈਸਾ ਕੱਢ ਕੇ ਲੈ ਕੇ ਚਲਾ ਗਏ। ਸਰ ਕਿੰਨੇ ਕੁ ਪੈਸੇ ਸੀਗੇ ਜੀ ਵਿੱਚ? 50,000 ਰੁਪਇਆ ਸੀ, 48,000। ਅਤੇ ਸਰ CCTV ਫੁਟੇਜ ਲੱਗੀ ਵੀ ਆਪਣੇ ਲੱਗੀ, ਉਹ ਬੰਦਾ ਪਹਿਚਾਣ 'ਚ ਆ ਗਿਆ, ਲੇਕਿਨ ਘਰ ਬਾਰ ਐਡਰੈਸ ਨਹੀਂ ਪਤਾ। ਅੱਛਾ ਅੱਛਾ। ਅਤੇ ਪੁਲਿਸ ਨੂੰ ਇਨਫੋਰਮ ਕੀਤਾ ਸੀਗਾ ਜੀ? ਹਾਂਜੀ ਹਾਂਜੀ, ਕਾਰ ਚਲਦੀ। ਠੀਕ ਆ ਸਰ। SD ਕੋਲ ਸ਼ੋਪ 'ਤੇ ਚੋਰੀ ਹੋਈ ਸੀ, ਉਹਦੇ ਬਾਰੇ ਦੱਸ ਦਿਓ। ਸਰ SD ਕਾਲਜ ਦੇ ਜਿਹੜਾ ਸ਼ੋਪ ਸੀਗੀ, ਇਹਨਾਂ ਦੀ ਕੋਈ ਕੱਪੜੇ ਦੀ ਦੁਕਾਨ ਸੀਗੀ, ਉਹਦੇ ਵਿੱਚ 10:30 ਦੇ ਨਾਲ ਕਹਿੰਦਾ ਵੀ ਗੱਲੇ ਦੇ ਵਿੱਚੋਂ ਪੈਸੇ ਨਿਕਲ ਰਹੇ ਆ, ਅਤੇ ਉਹਦੇ ਸੰਬੰਧ ਦੇ ਵਿੱਚ CCTV ਕੈਮਰੇ ਦੇਖੇ ਜਾ ਰਹੇ ਆ, ਅਤੇ ਜਿਹੜਾ ਵੀ ਜਦੋਂ ਦੋਸ਼ੀ ਜਿਹੜਾ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਕਰ ਰਹੇ ਆ। ਸਰ ਚੋਰੀ ਕੀ ਕੀ ਹੋਇਆ ਜੀ ਉਹਨਾਂ ਦੀ ਦੁਕਾਨ 'ਚੋਂ? ਚੋਰੀ ਸਰ ਪੈਸੇ ਕਹਿੰਦੇ। ਅਤੇ ਕੀ ਕਾਰਵਾਈ ਕਰ ਰਹੇ ਹੋ ਜੀ? ਕਾਰਵਾਈ ਸਰ CCTV ਕੈਮਰੇ ਦੇਖ ਰਹੇ ਆ, ਜੇ ਦੋਸ਼ੀ ਪਾਇਆ ਗਿਆ ਖਿਲਾਫ ਕਾਰਵਾਈ ਕਰ ਦਾਂਗੇ। ਕੀ ਨਾਮ ਕੀ ਹੈ ਜੀ ਤੁਹਾਡਾ? ਅਮਰੀਕ ਸਿੰਘ ਹੈ ਸਰ। देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक सच और इंसाफ की आवाज़ आपको रखे सबसे आगे।